ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਦਸੰਬਰ 2022 ਦੇ ਐਗਜ਼ਾਮ ਕਦੋਂ ਸ਼ੁਰੂ ਹੋ ਰਹੇ ਹਨ ਅਤੇ ਕਿਹੜੀਆਂ ਕਲਾਸਾਂ ਦੇ ਐਗਜ਼ਾਮ ਪਹਿਲਾਂ ਹੋਣੇ ਹਨ ਕਿਹੜੀਆਂ ਕਲਾਸਾਂ ਦੇ ਐਗਜ਼ਾਮ ਬਾਅਦ ਵਿੱਚ ਹੋਣੇ ਹਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਮੂਹ ਕਾਲਜਾਂ ਨੂੰ ਇੱਕ ਨੋਟਸ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ ਦਸੰਬਰ 2022 ਦੇ ਥਿਉਰੀ ਇਗਜ਼ਾਮ ਦੇ ਸ਼ਡਿਊਲ ਬਾਰੇ ਦੱਸਿਆ ਗਿਆ ਹੈ ਜਿੰਨਾ ਵਿੱਚ ਇੰਟਰਮੀਡੀਏਟ ਕਲਾਸਾਂ ਜਿਹੜੀਆਂ ਕਿ ਸਮੈਸਟਰ ਤੀਜਾ ਪੰਜਵਾਂ ਸੱਤਵਾਂ ਨੌਵਾਂ ਅਤੇ 11ਵਾਂ ਹਨ ਉਹਨਾਂ ਦੇ ਇਗਜ਼ਾਮ 14 ਦਸੰਬਰ 2022 ਤੋਂ ਸ਼ੁਰੂ ਹੋਣਗੇ ਅਤੇ ਬਾਕੀ ਫਰਸਟ ਸਮੈਸਟਰ ਭਾਵ ਨੂੰ ਅੰਡਰਗ੍ਰੈਜੂਏਟ ਹੋਣ ਪੋਸਟ ਗ੍ਰੈਜੂਏਟ ਹੋਣ ਜਾਂ ਡਿਪਲੋਮਾ ਕੋਰਸਿਸ ਆਧਾਨ ਉਹਨਾਂ ਦੇ ਇਗਜ਼ਾਮ 2 ਜਨਵਰੀ 2023 ਤੋਂ ਸ਼ੁਰੂ ਹੋਣਗੇ ਇਸ ਤੋਂ ਇਲਾਵਾ ਪ੍ਰੈਕਟੀਕਲ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਇੱਥੇ ਵਿਦਿਆਰਥੀ ਇਹ ਨੋਟ ਕਰ ਲੈਣ ਕਿ 25 ਦਸੰਬਰ 2022 ਤੋਂ ਲੈ ਕੇ 1 ਜਨਵਰੀ 2023 ਤੱਕ ਛੁੱਟੀਆਂ ਰਹਿਣਗੀਆਂ ਇਹਨਾਂ ਵਿੱਚ ਕੋਈ ਵੀ ਪੇਪਰ ਨਹੀਂ ਰੱਖਿਆ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰ ਦੀ ਲਿਸਟ ਸਾਈਟ ਤੇ ਪਾ ਦਿੱਤੀ ਗਈ ਹੈ ਤੁਸੀਂ ਆਪਣਾ ਸੈਂਟਰ ਚੈੱਕ ਕਰ ਸਕਦੇ ਹੋ ਰੋਲ ਨੰਬਰ ਵੀ ਐਗਜ਼ਾਮੀਨੇਸ਼ਨ ਵੱਲੋਂ ਸਾਈਟ ਤੇ ਅਪਲੋਡ ਕੀਤੇ ਜਾ ਰਹੇ ਹਨ ਵਿਦਿਆਰਥੀ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਲੈਣ ਫਿਰ ਵੀ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਇਨ੍ਹਾਂ ਪ੍ਰੀਖਿਆਵਾਂ ਸੰਬੰਧੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹਨ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਅਗਲੀ ਅਪਡੇਟ ਲੈਣ ਲਈ ਸਾਡੇ ਚੈਨਲ ਤੇ ਬਨੇ ਰਹੋ ਧੰਨਵਾਦ